ਸਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮੈਂ ਸੁਖਦੀਪ ਕੌਰ ਸੰਧੂ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਪਹਿਲਾ ਪੇਸ਼ ਨੇ ਚੌਣਵੀਆਂ ਖਬਰਾਂ ਦਿੱਲੀ ਤੋਂ ਬਾਰੀਕੇਟ ਵੀ ਪੰਜਾਬ ਲੈ ਕੇ ਆਏ ਨੌਜਵਾਨ ਕਿਹਾ ਇਤਿਹਾਸ ਵਜੋਂ ਸਾਮ ਕੇ ਰੱਖਾਂਗੇ ਦਿੱਲੀ ਦੇ ਬਾਰਡਰਾਂ ਤੇ ਪ੍ਰਕਾਸ਼ ਕੀਤੇ ਗਏ ਪਾਵਨ ਸਰੂਪ ਪੂਰਨ ਮਰਿਆਦਾ ਦੇ ਨਾਲ ਪੰਜਾਬ ਲਿਆਂਦੇ ਗਏ ਸੀਐਮ ਚੰਨੀ ਦੇ ਵੱਲੋਂ ਕਿਸਾਨ ਆਗੂਆਂ ਦੇ ਨਾਲ ਰੱਖੀ ਮੀਟਿੰਗ ਰੱਦ ਹੋਣ ਮਗਰੋਂ ਭੜਕੇ ਕਿਸਾਨ ਆਗੂ ਗਰੀਬਾਂ ਨੂੰ 25000 ਮਕਾਨ ਬਣਾ ਕੇ ਦੇਵੇਗੀ ਪੰਜਾਬ ਸਰਕਾਰ ਕੈਬਨਟ ਮੀਟਿੰਗ ਦੇ ਵਿੱਚ ਕੀਤਾ ਫੈਸਲਾ ਪੰਜਾਬ ਪਹੁੰਚੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਦੇ ਦੌਰੇ ਤੇ ਕਰਨਗੇ ਵੱਡੇ ਐਲਾਨ ਆਗਰਾਹਾਂ ਜਥੇ ਬੰਦੂ ਨੇ ਟੋਲ ਪਲਾਜ਼ਾਂ ਖਿਲਾਫ ਵਿਜਾਇਆ ਬਿਗਲ ਕਿਹਾ ਜਦੋਂ ਤੱਕ ਰੇਟ ਘਟ ਨਹੀਂ ਹੋਣਗੇ ਨਹੀਂ ਖੁੱਲਣਗੇ ਟੋਲ ਪਲਾਜ਼ੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਕਿਸਾਨ ਮੋਰਚੇ ਦੀ ਜਿੱਤ ਦੇ ਉਪਰੰਤ ਵਾਪਿਸ ਕਰ ਆਨੁਪਰਤ ਰਹੇ ਪਿੰਡ ਕੋਟਲੀ ਦੇਵਨ ਦੇ ਨੌਜਵਾਨ ਦਿੱਲੀ ਬਾਰਡਰ ਤੇ ਸਰਕਾਰ ਦੇ ਵੱਲੋਂ ਲਾਏ ਪੱਥਰ ਦੇ ਵੱਡੇ ਬੈਰੀਗੇਟਾਂ ਦੇ ਵਿੱਚੋਂ ਇੱਕ ਬੈਰੀਗੇਟ ਚੁੱਕ ਲਿਆ ਹੈ ਅਤੇ ਇਸ ਨੂੰ ਯਾਦਗਾਰ ਵਜੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਦਿੱਤਾ ਜਾਵੇਗਾ ਸੋ ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਬੈਰੀਗੇਟ ਨੂੰ ਯਾਦਗਾਰ ਵਜੋਂ ਰੱਖਿਆ ਜਾਏਗਾ ਅਤੇ ਇਸ ਦੇ ਨਾਲ ਕਿਸਾਨ ਮੋਰਚੇ ਦਾ ਇਤਿਹਾਸ ਲਿਖਿਆ ਜਾਏਗਾ ਸੋ ਦਿੱਲੀ ਕਿਸਾਨ ਮੋਰਚੇ ਦੀ ਜਿੱਤ ਦੇ ਉਪਰੰਤ ਪਿੰਡਾਂ ਨੂੰ ਵਾਪਸ ਆ ਰਹੇ ਕਿਸਾਨਾਂ ਦਾ ਪਿੰਡਾਂ ਦੇ ਵਿੱਚ ਭਰਮਾ ਸਵਾਗਤ ਕੀਤਾ ਜਾ ਰਿਹਾ। ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਲੀ ਦੇਵਨ ਦੇ ਨੌਜਵਾਨ ਜੱਦ ਕਿਸਾਨ ਮੋਰਚੇ ਦੀ ਜਿੱਤ ਪ੍ਰੰਤ ਵਾਪਸ ਪਿੰਡਾਂ ਨੂੰ ਪਰਤ ਪਰੇ ਸਨ ਤਾਂ ਉਹ ਪੱਥਰ ਦਾ ਵੱਡਾ ਬੈਰੀਗੇਡ ਨਾਲ ਲੈ ਕੇ ਆਏ ਨੇ। ਸੋ ਪਿੰਡ ਵਾਸੀ ਨੌਜਵਾਨਾਂ ਦੀ ਮਨਿਆਤਾ ਇਹ ਉਹੀ ਬੈਰੀਗੇਡ ਨੇ ਜਿਨ੍ਹਾਂ ਰਾਹੀਂ ਸਰਕਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਇਹ ਬੈਰੀਗੇਡ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿਖੇ ਰੱਖ ਦਿੱਤਾ ਹੈ ਅਤੇ ਇਸ ਬੈਰੀਗੇਡ ਦੇ ਨਾਲ ਕਿਸਾਨ ਮੋਰਚੇ ਦਾ ਇਤਿਹਾਸ ਲਿਖਿਆ ਜਾਏਗਾ। ਇਹ ਬੈਰੀਗੇਡ ਔਣ ਵਾਲੇ ਬੱਚਿਆਂ ਦੱਸੇਗਾ ਕਿ ਕਿਸ ਤਰ੍ਹਾਂ ਦਿੱਲੀ ਵਿਖੇ ਕਿਸਾਨ ਮੋਰਚਾ ਲੱਗਿਆ ਹੈ ਅਤੇ ਇਸ ਮੋਰਚੇ ਦੇ ਵਿੱਚ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ ਸੋ ਇਹ ਬਾਰੀਗੇਟ ਉਹ ਜਿੱਤ ਦੇ ਨਿਸ਼ਾਨ ਵਜੋਂ ਯਾਦਗਾਰ ਬਣਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਰਹੇ ਨੇ ਸਭ ਤੋਂ ਪਹਿਲਾਂ ਤੇ ਇਹ ਗੱਲ ਮੈਂ ਜੀ ਜ਼ਿਕਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡਦੀ ਹੋਏ ਆਦ ਕਾਲ ਤੋਂ ਇਹ سلسلہ ਚੱਲਿਆ ਆ ਰਿਹਾ ਵੀ ਜਿਹੜਾ ਪਾਪ ਕਰਨ ਵਾਲਾ ਉਹਨੂੰ ਡੰਡ ਮਿਲਦਾ ਤੇ ਧਰਮ ਕਮਾਉਣ ਵਾਲਿਆਂ ਦੀ ਜਾਇਜ਼ਾਕਾਰ ਹੋਈ ਹੈ ਤੇ ਉਹ ਜਾਇਜ਼ਾਕਾਰ ਵਾਜੀ ਹੁਣ ਵੀ ਹੋਈ ਆ ਤੇ ਜਿਹੜੀ ਗੱਲ ਰਹੀ ਆ ਬੈਰੀਗੇਟ ਦੀ ਇਹ ਇਸ ਸਾਰੇ ਯੋਧਿਆਂ ਨੇ ਜਿਹੜਾ ਇਹ ਮਾਰਕਾ ਮਾਰਿਆ ਵੀ ਆਪਣੇ ਇਤਿਹਾਸ ਤੋਂ ਸਿੱਧ ਲੈ ਕੇ ਜੋ ਆਪਾਂ ਜਾਣਦੇ ਆ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 11 ਮਾਰਚ 1783 ਨੂੰ ਸਰਦਾਰ ਬਘੇਲ ਸਿੰਘ ਵਰਗੇ ਜੱਸਾ ਸਿੰਘ ਰਾਮਗੜੀ ਵਰਗੇ ਇੱਕ ਕੌਮ ਦੇ ਮਹਾਨ ਯੋਧਿਆਂ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਹੋਏ ਤੇ ਇਹਨਾਂ ਨੇ ਉਦੋਂ ਦਿੱਲੀ ਦੇ ਤਖਤ ਤੇ ਜਿੱਤ ਪ੍ਰਾਪਤ ਕੀਤੀ ਵਿਚਾਰ ਹੋਈ ਕਿ ਦਿੱਲੀ ਦੇ ਤਖਤ ਤੇ ਆਪਾਂ ਬੈਠਣਾ ਨਹੀਂ ਹੈ ਤੇ ਜੇ ਇੱਥੋਂ ਕੁਝ ਲੈ ਕੇ ਜਾਣਾ ਨਿਸ਼ਾਨੀ ਵਜੋਂ ਤੇ ਇੱਥੋਂ ਸੱਲ ਪੁੱਟ ਕੇ ਲੈ ਕੇ ਜਾਣੇ ਆ ਜਿਹੜੀ ਕੌਮ ਦੇ ਵੱਲੋਂ ਅੱਜ ਵੀ ਰਾਮਗੜੀ ਆ ਬੂੰਗਿਆ ਦੇ ਰੂਪ ਦੇ ਵਿੱਚ ਜਿਹੜੀ ਉਹ ਸੰਭਾਲ ਕੇ ਰੱਖੀ ਹੋਈ ਹੈ ਉੱਥੋਂ ਸੇਧ ਲੈ ਕੇ ਜਿਹੜਾ ਇਹਨਾਂ ਯੋਧਿਆਂ ਨੇ ਜਿਹੜਾ ਇਹ ਮਾਰ ਕੇ ਮਾਰੇ ਵਾ ਜਿਸ ਦਿਨ ਇਹ ਪਿੰਡ ਦੇ ਵਿੱਚ ਮਤਲਬ ਵੀ ਐਂਟਰ ਹੋਏ ਸੀ ਉਸ ਦਿਨ ਜਿਹੜਾ ਬੜਾ ਇਹਨਾਂ ਦੇ ਮਾਣ ਤੇ ਬਕਰ ਮਹਿਸੂਸ ਹੋ ਰਿਹਾ ਵੀ ਇਹਨਾਂ ਯੋਧਿਆਂ ਨੇ ਇੱਕ ਵਾਰ ਫਿਰ ਤੋਂ ਜਿਹੜਾ ਦਿੱਲੀ ਫਤਿਹ ਕਰਕੇ ਉਸ ਇਤਿਹਾਸ ਨੂੰ ਜਿਹੜਾ ਹੈ ਜਿਹੜਾ ਦੁਹਰਾਇਆ ਉਸ ਤੋਂ ਬਾਅਦ ਮਾਣ ਬਣਾਇਆ ਵੀ ਇਹਨਾਂ ਦੇ ਤੇ ਕੋਈ ਸਲੋਗਨ ਰੂਪ ਦੇ ਵਿੱਚ ਕੁਝ ਲਿਖਿਆ ਜਾਵੇ ਬਾਅਦ ਚ ਇਤਿਹਾਸਕ ਜਿਹੜੀ ਡੇਟ ਹੈ ਉਹਨਾਂ ਡੇਟਾ ਨੂੰ ਵੀ ਸੰਭਾਲਣ ਦਾ ਯਤਨ ਹੋਵੇ ਜਦੋਂ ਇਹ ਮੋਰਚਾ ਆਰੰਭ ਹੋਇਆ ਸੀ ਕਿਸਾਨੀ ਅੰਦੋਲਨ ਉਹ ਤਾਰੀਖ ਅਤੇ ਹੁਣ ਤੱਕ ਜਦੋਂ ਇਹਨਾਂ ਨੇ ਫਤਿਹ ਕੀਤਾ ਹੈ ਇਹ ਜਿਹੜੀਆਂ ਡੇਟਾ ਨੂੰ ਵੀ ਸੰਭਾਲ ਕੇ ਰੱਖਾਂਗੇ ਭਾਈ ਜੀ ਇਹਨਾਂ ਸਲੋਗਨ ਵੀ ਲਿਖਾਂਗੇ ਜੋ ਵੀ ਇਤਿਹਾਸ ਦੇ ਫਲਸਫੇ ਦੇ ਮੁਤਾਬਕ ਇਹਨੂੰ ਅਸੀਂ ਪੂਰਨ ਤੌਰ ਤੇ ਸੰਭਾਲ ਕੇ ਰੱਖਾਂਗੇ ਦਿੱਲੀ ਦੇ ਸਿੰਘੂ ਬਾਰਡਰ ਤੇ ਪਿਛਲੇ 1 ਸਾਲ ਤੋਂ ਕਿਸਾਨੀ ਅੰਦੋਲਨ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਕੀਤੇ ਗਏ ਸਨ ਕਿਸਾਨੀ ਅੰਦੋਲਨ ਖਤਮ ਹੋਣ ਮਗਰੋਂ ਬੀਤੀ ਕੱਲ ਪਾਵਨ ਸਰੂਪਾਂ ਨੂੰ ਦਿੱਲੀ ਤੋਂ ਪੰਜਾਬ ਲੈ ਆਂਦਾ ਗਿਆ ਨਿਹੰਗ ਜਥੇਬੰਦੀਆਂ ਦੇ ਵੱਲੋਂ ਪੂਰਨ ਮਰਿਆਦਾ ਦੇ ਨਾਲ ਦਿੱਲੀ ਤੋਂ ਪੰਜਾਬ ਲੈ ਆਂਦੇ ਪਾਵਨ ਸਰੂਪਾਂ ਨੂੰ ਹੁਣ ਇਤਿਹਾਸਿਕ ਸਰੂਪਾਂ ਵਜੋਂ ਸਾਹਮ ਕੇ ਰੱਖਿਆ ਜਾਏਗਾ ਬੀਤੀ ਕਾਲ ਜਦੋਂ ਪਵਨ ਸਰੂਪ ਦਿੱਲੀ ਤੋਂ ਪੰਜਾਬ ਪਹੁੰਚੇ ਤਾਂ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਸਵਾਗਤ ਕੀਤਾ ਗਿਆ ਇਸ ਦੌਰਾਨ ਜਲੰਧਰ ਦੇ ਵਿੱਚ ਸੰਗਤਾਂ ਦੇ ਵੱਲੋਂ ਨਿਹੰਗ ਸਿੰਘਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਗਰ ਜੋਗ ਹੈ ਕਿ ਪੰਜਾਬ ਦੇ ਅੰਦਰ ਦਿੱਲੀ ਤੋਂ ਆ ਰਹੇ ਕਿਸਾਨਾਂ ਪ੍ਰਤੀ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੇ ਬਾਜ਼ਰਾਂ ਤੋਂ નિਹੰਗ ਜਥੇਬੰਦੀਆਂ ਦੇ ਵੱਲੋਂ ਪਹਿਲੇ ਦਿਨ ਹੀ ਡੇਰੇ ਲਗਾਏ ਗਏ ਸਨ ਐਸੇ ਦੌਰਾਨ ਉਹਨਾਂ ਦੇ ਵੱਲੋਂ ਪੂਰਨ ਮਰਿਆਦਾ ਦੇ ਨਾਲ ਹਰ ਰੋਜ਼ ਪਾਵਨ ਰੂਪਾਂ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਅਤੇ ਸ਼ਾਮ ਨੂੰ ਸਮਾਪਤੀ ਤੋਂ ਬਾਅਦ ਸੋਖਾਸਮ ਵੀ ਕੀਤਾ ਜਾਂਦਾ ਸੀ ਬੀਤੇ ਪਿਛਲੇ 1 ਸਾਲ ਤੋਂ ਨਿਹੰਗ ਸਿੰਘਾਂ ਦੇ ਡੇਰੇ ਤੇ ਕੀਰਤਨ ਦਾ ਪਰਵਾਹ ਲਗਾਤਾਰ ਚੱਲਦਾ ਰਹਿੰਦਾ ਸੀ ਕਿਸਾਨੀ ਅੰਦੋਲਨ ਖਤਮ ਹੋਣ ਮਗਰੋਂ ਹੁਣ ਇਸ ਅੰਦੋਲਨ ਦੇ ਨਾਲ ਜੁੜੀ ਹਰ ਇੱਕ ਚੀਜ਼ ਨੂੰ ਸਾਮ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਬੈਰੀਗੇਟਾਂ ਸਮੇਤ ਆਪਣੇ ਤੰਬੂ ਤੇ ਬਣਾਏ ਹੋਏ ਘਰ ਵੀ ਇਤਿਹਾਸ ਦੇ ਤੌਰ ਤੇ ਸਾਮ ਕੇ ਵਾਪਸ ਪੰਜਾਬ ਲਿਆਂਦੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਪੁਰਾਣੇ ਕਰਜ਼ਾ ਮੁਆਫੀ ਦੇ ਮਸਲੇ ਤੇ ਮੁੱਖ ਮੰਤਰੀ ਦੇ ਵੱਲੋਂ ਰੱਖੀ ਮੀਟਿੰਗ ਤਿੰਨ ਦਿਨ ਦੇ ਲਈ ਟਾਲੇ ਜਾਣ ਤੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸਰਕਾਰ ਦੇ ਵੱਲੋਂ 17 ਦੀ ਥਾਂ 20 ਨੂੰ ਬੁਲਾਈ ਬੈਠਕ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਗਿਆ ਸੋ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸਰਕਾਰ ਬਹਾਨੇਬਾਜ਼ੀ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਬਾਅਦ ਦੇ ਵਿੱਚ ਚੋਣ ਜਾਬਤਾ ਲੱਗਣ ਕਰਕੇ ਸਰਕਾਰ ਕੁਝ ਨਹੀਂ ਕਰ ਸਕੇਗੀ ਅੱਜ ਤੋਂ ਪੰਜਾਬ ਦੇ ਸਾਰੇ ਟੋਲ ਖਾਲੀ ਨਹੀਂ ਹੋਣਗੇ ਦਰਅਸਲ ਕੱਲ੍ਹ ਮੁੱਖ ਮੰਤਰੀ ਨੇ ਇਹ ਕਹਿ ਕੇ ਮੀਟਿੰਗ ਮੁਲਤਵੀ ਕਰ ਦਿੱਤੀ ਸੀ ਕਿ ਅੱਜ ਇਹ ਕਿਸਾਨ ਆਗੂ ਦਰਬਾਰ ਸਾਹਿਬ ਜਾ ਰਹੇ ਨੇ ਜਦੋਂ ਕਿ ਰਾਜੀਵਾਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਨੇ ਤੇ ਸਰਕਾਰ ਬਸ ਬਹਾਨੇ ਬਣਾ ਰਹੀ ਹੈ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਚੰਨੀ ਨੂੰ ਚਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਨਾ ਕੀਤੀਆਂ ਗਈਆਂ ਤਾਂ ਭਾਜਪਾ ਦੇ ਵਾਂਗ ਕਾਂਗਰਸ ਦੇ ਵਿਰੋਧ ਮੋਰਚਾ ਖੋਲਿਆ ਜਾਏਗਾ ਉਹਨਾਂ ਨੇ ਆਖਿਆ ਹੈ ਕਿ ਮੀਟਿੰਗ ਨੂੰ ਰੱਦ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿਸਾਨ ਜਥੇਬੰਦੀਆਂ ਨਹੀਂ ਹੋਣ ਦੇਣਗੀਆਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹੱਲ ਕਰਵਾਈਆਂ ਜਾਣਗੀਆਂ ਇਸ ਤਰ੍ਹਾਂ ਸਾਨੂੰ 17 ਤਾਰੀਖ ਦੀ ਮੀਟਿੰਗ ਦੀ ਚਿੱਠੀ ਮਿਲੀ ਸੀ ਮੁੱਖ ਮੰਤਰੀ ਦੀ ਤੇ ਅਸੀਂ ਉਹਦੇ ਲਈ ਤਿਆਰ ਸੀ ਸਾਰੀਆਂ ਜਥੇਬੰਦੀਆਂ ਨੂੰ ਪਤਾ ਸੀ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਆਏ ਹਾਂ ਹੁਣ ਇੱਕ ਅੱਧੀ ਜਥੇਬੰਦੀ ਪਿੱਛੇ ਸਾਰਿਆਂ ਨੂੰ ਕਾਠ ਮਾਰਨਾ ਮੈਂ ਸਮਝਦਾ ਇਹ ਬਹਾਨਾ ਭਾਲਣ ਵਾਲੀ ਗੱਲ ਹੈ ਅਸਲ ਵਿੱਚ ਇਲੈਕਸ਼ਨ ਕੋਲ ਲੱਗ ਜਾਣਾ ਸਰਕਾਰ ਦੇ ਬੰਦੇ ਵੀ ਕੁਝ ਨਹੀਂ ਐਵੇਂ ਸਾਡਾ ਸਮਾਂ ਬਰਬਾਦ ਕਰਨਗੇ ਇਸ ਕਰਕੇ ਅਸੂਸ ਮੀਟਿੰਗ ਜਿਹੜੀ ਹੋਣ ਨਵੀਂ 20 ਤਰੀਕ ਦੀ ਕੀਤੀ ਸੀ ਨਹੀਂ ਜਾਵਾਂ ਇਲੈਕਸ਼ਨ ਕੋਲ ਲੱਗ ਜਾਣਾ ਇਹਨਾਂ ਦੇ ਕੋਲ ਕੀ ਦੇਣਾ ਫਿਰ ਸਾਨੂੰ ਤਾਂ ਲੱਗਦਾ ਕਿ ਝੂਠੇ ਵਾਦੇ ਆਏ ਤੁਹਾਡੇ ਕੋਲ ਕੋਈ ਸੁਨੇਹਾ ਆਇਆਗਾ ਕੋਈ ਸੁਨੇਹਾ ਆ ਹੁਣ ਕੋਈ ਸੁਨੇਹਾ ਨਹੀਂ ਤੁਹਾਡੇ ਤੁਹਾਡੇ ਰਾਹੀਂ ਸਾਨੂੰ ਪਤਾ ਲੱਗਦਾ ਮੀਡੀਆ ਰਾਹੀਂ ਪਤਾ ਲੱਗਦਾ ਪੰਜਾਬ ਮੰਤਰੀ ਮੰਡਲ ਨੇ ਚੋਣਾਂ ਦੇ ਮੱਦੇਨਜ਼ਰ ਲੋਕਪੱਖੀ ਪੈੰਤੜਾ ਅਖਤਿਆਰ ਕਰਦਿਆਂ ਅੱਜ ਸਮਾਜ ਦੇ ਹਰ ਵਰਗ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ ਪੰਜਾਬ ਕੈਬਨਿਟ ਨੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਘਰ ਬਣਾ ਕੇ ਦੇਣ ਸਰਕਾਰੀ ਸਕੂਲਾਂ ਅਤੇ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਮਿੰਨੀ ਬਾਸ ਆਪਰੇਟਰਾਂ ਨੂੰ ਰਿਆਇਤਾਂ ਅਤੇ 3 ਵੀਲਰ ਟੈਕਸੀਆਂ ਦੇ ਜੁਰਮਾਨੇ ਮਾਫ ਕਰਨ ਆਦ ਵਰਗੇ ਫੈਸਲੇ ਲਏ ਨੇ ਮੁੱਖ ਮੰਤਰੀ ਟਰੰਜੀਤ ਸਿੰਘ ਚੰਨੀ ਦੀ ਪ੍ਰਵਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਸਮਾਜ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਪਾਕ ਵਾਕ ਵਾਕ ਸ਼ਹਿਰੀ ਵਿਕਾਸ ਅਥਾਰਟੀਆਂ ਦੁਆਰਾ ਬਣਾਏ ਜਾਣ ਵਾਲੇ 25000 ਘਰਾਂ ਦੀ ਅਲਾਟਮੈਂਟ ਦੇ ਲਈ ਅਰਜ਼ੀਆਂ ਮੰਗਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਰਿਹਾਇਸ਼ੀ ਇਕਾਈਆਂ ਦਾ ਖੇਤਰ ਲਗਭਗ 30 ਵਰਗ ਮੀਟਰ ਹੋਏਗਾ ਅਤੇ ਇਹਨਾਂ ਮਕਾਨਾਂ ਦੇ ਮਾਲਕੀ ਹੱਕ ਵੀ ਦਿੱਤੇ ਜਾਣਗੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨੇ ADGPSK ਅਸਥਾਨਾਂ ਦੀ ਚਿੱਠੀ ਲੀਕ ਹੋਣ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਿਸ ਵੱਲੋਂ ਵੀ ਇਹ ਚਿੱਠੀ ਲੀਕ ਕੀਤੀ ਗਈ ਹੈ ਉਸ ਦੇ ਉੱਪਰ ਪੁਲਿਸ ਕੇਸ ਦਰਜ ਕਰਾ ਰਹੇ ਨੇ ਚੇਤੇ ਰਹੇ ਕਿ ਨਸ਼ਾ ਤਸਕਰੀ ਦੇ ਮਾਮਲੇ ਤੇ ਇਸ ਚਿੱਠੀ ਦੇ ਵਿੱਚ ਐਸਕੇ ਅਸਥਾਨਾ ਦੀ ਟਿੱਪਣੀ ਸ਼ਾਮਿਲ ਸੀ ਜੋ ਸੋਮਵਾਰ ਸੋਸ਼ਲ ਮੀਡੀਆ ਤੇ ਵੀ ਨਸ਼ਰ ਹੋਈ ਸੀ ਅੱਜ ਮੁੱਖ ਮੰਤਰੀ ਨੇ ਕਿਹਾ ਕਿ ਚਿੱਠੀ ਲੀਕਾ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਲੀਕ ਹੋਈ ਚਿੱਠੀ ਦੇ ਵਿੱਚ ਅਧੂਰਾ ਪੱਖ ਹੈ ਜਦਕਿ ਇੱਕ ਹੋਰ ਚਿੱਠੀ ਵੀ ਹੈ ਮੁੱਖ ਮੰਤਰੀ ਚਨੀ ਨੇ ਕਿਹਾ ਕਿ ਕਰਜ਼ਾ ਮੁਆਫੀ ਅਤੇ ਹੋਰ ਨਾ ਕਿਸਾਨ ਮਸਲਿਆਂ ਤੇ ਉਹ 20 ਦਸੰਬਰ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਲਗਾਤਾਰ ਹੀ ਹੁਣ ਪੰਜਾਬ ਦੌਰਿਆਂ ਤੇ ਨੇ ਅਤੇ ਅੱਜ ਇੱਕ ਵਾਰ ਫਿਰ ਉਹ 2 ਦਿਨ ਦੀ ਪੰਜਾਬ ਦੌਰੇ ਤੇ ਪਹੁੰਚੇ ਨੇ ਸੋ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਹਨਾਂ ਦੇ ਸਵਾਗਤ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਹੈ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਆਤਵਾਦ ਦਾ ਬਹੁਤ ਦੌਰ ਹੰਡਾਇਆ ਹੈ ਅਤੇ ਬਹੁਤ ਸਾਰੇ ਸੁੰਦਰਤਾ ਸੈਲਾਨੀ ਪੰਜਾਬਤੋਂ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ ਜਿਸ ਦੇ ਵਾਲਦੇ ਆਜ ਉਹਨਾਂ ਦੀ ਯਾਦ ਦੇ ਵਿੱਚ ਜਲੰਧਰ ਦੇ ਵਿੱਚ तिरंगा माच ਕੀਤਾ ਜਾ ਰਿਹਾ ਹੈ ਜਿਕਰ ਜੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਥੋੜਾ ਸਮਾਂ ਹੀ ਬਚਿਆ ਹੈ ਤੇ ਹਰ ਰਾਜਨੀਤਿਕ ਪਾਰਟੀ ਦੇ ਵੱਲੋਂ ਤੋੜ ਜੋੜ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਇੱਕ ਦੂਸਰੇ ਤੇ ਸਿਆਸੀ ਨਿਸ਼ਾਨੇ ਸਾਦੇ ਜਾ ਰਹੇ ਨੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਆ ਕੇ ਪੰਜਾਬ ਵਾਸੀਆਂ ਨੂੰ ਗਰੰਟੀ ਦੇਣ ਤੋਂ ਬਾਅਦ ਤਿਰੰਗਾ ਮਾਚ ਕਰਨ ਦਾ ਦਾਅਵਾ جاری ਹੈ ਅਤੇ ਇਸ ਤੋਂ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਸਨ ਤਾਂ ਉਦੋਂ ਉਹਨਾਂ ਦੇ ਵੱਲੋਂ ਪਠਾਨਕੋਟ ਦੇ ਵਿੱਚ ਤਿਰੰਗਾ ਮਾਰਚ ਕੀਤਾ ਗਿਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਕੱਲ ਉਹ ਬਾਦਲਾਂ ਦੇ ਗੜ ਲੰਬੀ ਵਿਖੇ ਜਾ ਕੇ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਅੱਜ ਅਭੀ ਅਭੀ ਜਲੰਧਰ ਜਾ ਰਹੇ ਹੈ। ਅਤੇ ਜਲੰਧਰ ਮੇ ਤਿਰੰਗਾ ਯਾਤਰਾ निकालेंगे। ਮੇਰੀ ਸਭ ਲੋਕੋ ਸੇ ਅਪੀਲ ਹੈ ਕਿ ਜਿਆਦਾ ਸੇ ਜਿਆਦਾ ਸੰਖਿਆ ਮੇ ਤਿਰੰਗਾ ਯਾਤਰਾ ਮੇ ਸ਼ਾਮਿਲ ਹੋ। ਪੰਜਾਬ ਸ਼ਹੀਦੋ ਕੀ ਧਰਤੀ ਹੈ। और पंजाब ने बहुत बड़े बड़े स्वतंत्रता सेनानी पैदा किए उन सब की याद में तिरंगा यात्रा निकलेगी देशभक्ति के लिए पंजाब ने आतंकवाद का दौर भी देखा कोई भी पंजाबी नहीं चाहता कि ऐसा दौर दोबारा आए सब लोगों ने बहुत मुसीबतें सही तो पंजाब की अमन शांति के लिए चैन के लिए ਪੰਜਾਬ ਦੇ ਭਵਿੱਖ ਲਈ ਅੱਜ ਤਿਰੰਗਾ ਯਾਤਰਾ निकालेंगे ਸਭ ਲੋਕ ਉਸਮੇ ਜਿਆਦਾ ਸੇ ਜਿਆਦਾ ਸੰਖਿਆ ਮੇ ਸ਼ਾਮਿਲ ਕਿਸਾਨਾਂ ਆਗੂ ਜੋਗਿੰਦਰ ਸਿੰਘ ਉਹ ਗ੍ਰਾਹਾਂ ਨੇ ਟੋਲ ਪਲਾਜ਼ਿਆਂ ਤੇ ਧਰਨੇ ਬਾਰੇ ਬੋਲਦਿਆਂ ਕਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚੋਂ ਸਾਰੇ ਧਰਨੇ ਚੁੱਕਣ ਦਾ ਫੈਸਲਾ ਲਿਆ ਗਿਆ ਸੀ ਪਰ ਸਰਕਾਰ ਨੇ ਟੋਲ ਪਲਾਜ਼ਿਆਂ ਦੀਆਂ ਫੀਸਾਂ ਦੁੱਗਣੀਆਂ ਕਰ ਦਿੱਤੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਟੋਲ ਪਲਾਜ਼ਿਆਂ ਤੇ ਪੁਰਾਣੀਆਂ ਕੀਮਤਾਂ ਲਾਗੂ ਨਹੀਂ ਕਰਦੀ ਉਨੀ ਦੇਰ ਤੱਕ ਸਾਰੇ ਟੋਲ ਪਲਾਜ਼ਿਆਂ ਤੇ ਕਿਸਾਨਾਂ ਦੇ ਧਰਨੇ ਜਾਰੀ ਰਹਿਣਗੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਗਲਤ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਨੇ ਜੇਕਰ ਟੋਲ ਪਲਾਜ਼ੇ ਚਲਾਉਣੇ ਨੇ ਤਾਂ ਪਹਿਲੀਆਂ ਫੀਸਾਂ ਹੀ ਵਸੂਲ ਕਰੇ ਅਤੇ ਜਦੋਂ ਤੱਕ ਸਰਕਾਰ ਜੇ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦੇ ਟੋਲ ਪਲਾਜ਼ਾ ਤੇ ਧਰਨੇ ਜਾਰੀ ਰਹੇਗੇ ਦਾ ਸੰਯੋਗ ਹੈ ਕਿ ਕਿਸਾਨਾਂ ਦੇ ਵੱਲੋਂ ਇਹ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਪੰਜਾਬ ਦੇ ਵਿੱਚੋਂ ਸਾਰੇ ਧਰਨੇ ਚੋਕਲੇ ਜਾਣਗੇ ਪਰ ਸਰਕਾਰ ਦੇ ਵੱਲੋਂ ਟੋਲ ਪਲਾਜ਼ਿਆਂ ਤੇ ਫੀਸ ਦੁੱਗਣੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਟੋਲ ਪਲਾਜ਼ਿਆਂ ਤੇ ਧਰਨੇ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ BKU ਉਹ ਗ੍ਰਾਹਨਿਆ ਐਲਾਨ ਕੀਤਾ ਹੈ ਕਿ ਜਦੋਂ ਤੱਕ ਪਹਿਲਾਂ ਵਾਲੇ ਰੇਟ ਬਹਾਲ ਨਹੀਂ ਹੁੰਦੇ ਉਦੋਂ ਤੱਕ ਧਰਨੇ ਖਤਮ ਨਹੀਂ ਕਰਨਗੇ ਸੰਜੁਕਤ ਕਿਸਾਨ ਮੋਰਚੇ ਨੇ 15 ਦਸੰਬਰ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਖਾਲੀ ਕਰਨ ਦੀ ਗੱਲ ਕਹੀ ਹੈ ਕਿਸਾਨ ਸਾਥੀਓ ਰਣੂ ਆਪਾਂ ਪੰਜਾਬ ਦੇ ਵਿੱਚੋਂ ਸਾਰੇ ਧਰਨੇ ਚੱਕਣ ਦਾ ਫੈਸਲਾ ਕੀਤਾ ਸੀ ਪਰ ਸਰਕਾਰ ਨੇ ਟੋਲ ਪਲਾਜ਼ਾਂ ਦੀਆਂ ਫੀਸਾਂ ਦੁਗਣੀਆਂ ਕੀਤੀਆਂ ਹੋਈਆਂ ਨੇ ਜੇ ਕੀਮਤਾ ਪੰਜਾਬ ਸਰਕਾਰ ਇਹਦਾ ਐਲਾਨ ਨਹੀਂ ਕਰਦੀ ਕਿ ਪ੍ਰਾਣੀਆਂ ਰਹਿਣ ਗਿਆ ਉਹਨਾਂ ਚਿਰ ਤੱਕ ਇਹ ਟੋਲ ਪਲਾਜ਼ਾਂ ਤੇ ਜਿਹੜੇ ਧਰਨੇ ਨੇ ਸਾਡੇ ਲਗਾਤਾਰ ਰਹਿਣਗੇ ਕਿਉਂਕਿ ਸਰਕਾਰ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਕਿ ਦੁਰਗਣੀਆਂ ਫੀਸਾਂ ਲੈ ਕੇ ਇਹ ਅਗਲੇ ਸਾਲ ਦੇ ਵਿੱਚੇ ਸਾਲ ਦਾ ਸਾਰਾ ਘਾਟਾ ਪੂਰਾ ਕਰਕੇ ਇਹ ਘਾਟੇ ਨੂੰ ਪੂਰਾ ਪੂਰਾ ਜਾਵੇ ਇਹ ਜਿਹੜਾ ਫੈਸਲਾ ਸਰਕਾਰ ਦਾ ਜਮਾਂ ਗਲਤ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜੇ ਟੋਲ ਪਲਾਜ਼ੇ ਚਲਾਉਣੇ ਨੇ ਤਾਂ ਜਿਹੜੀਆਂ ਪਹਿਲਾਂ ਫੀਸਾਂ ਉਹਨਾਂ ਦੇ ਡਿਟੇਲ ਨੇ ਉਹਨਾਂ ਫੀਸਾਂ ਤੇ ਹੀ ਮੁਕਸੂਰ ਕਰੇ ਜੇ ਵਧਿਆ ਹੋਇਆ ਫੈਸਲਾ ਵਾਪਸ ਲੈਣ ਜੀ ਤਾਂ ਟੋਲ ਪਲਾਂਜਾਂ ਤੇ ਸਾਡੇ ਇਜਾਮ ਜਿਵੇਂ ਪਹਿਲਾਂ ਨੇ ਰੋਕੇ ਹੋਏ ਨੇ ਉਸੇ ਤਰ੍ਹਾਂ ਰਹਿਣਗੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦੀ ਸੰਗਰੂਰ ਫੇਰੀ ਦੌਰਾਨ ਪਿੰਡ ਦੇ ਕਲਾਂ ਅਤੇ ਆਬਦਾਂ ਦੇ ਵਿੱਚ ਰੈਲੀਆਂ ਦੌਰਾਨ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਅਤੇ ਟੈਟ ਪਾਸ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੇ ਵੱਲੋਂ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ ਇਸ ਦੌਰਾਨ ਪੁਲਿਸ ਨੇ ਉਹਨਾਂ ਦੇ ਨਾਲ ਤਾਕਾਮੁਕੀ ਵੀ ਕੀਤੀ ਹੈ ਜਿਸ ਕਾਰਨ ਦੋ ਅਧਿਆਪਕਾਂ ਦੀਆਂ ਪੱਗਾਂ ਵੀ ਲੁੱਥ ਗਈਆਂ ਨੇ ਸੋ ਪੁਲਿਸ ਨੇ ਕਈ ਬੇਰੁਜ਼ਗਾਰ ਅਧਿਆਪਕਾਂ ਨੂੰ ਜ਼ਬਰੀ ਹਿਰਾਸਤ ਦੇ ਵਿੱਚ ਵੀ ਲੈ ਲਿਆ ਪਿੰਡ ਦੇਕਲਾਂ ਦੇ ਵਿੱਚ ਸੀਮੈਂਟ ਫੈਕਟਰੀ ਦਾ ਨੀਂਹ ਪੱਥਰ ਰੱਖਣ ਮੌਕੇ ਕੀਤੀ ਰੈਲੀ ਦੌਰਾਨ ਬੇਰੁਜ਼ਗਾਰ ਬੀਐਡ ਅਧਿਆਪਕ ਪੁਲਿਸ ਨੂੰ ਚਕਾਨੀ ਦੇ ਕੇ ਪੰਡਾਲ ਦੇ ਵਿੱਚ ਦਾਖਲ ਹੋ ਗਏ ਪਿੰਕ ਪੈਂਦਿਆ ਹੀ ਐਸਐਸਪੀ ਸੁਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਪੰਡਾਲ ਦੇ ਵਿੱਚ ਬੈਠੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਪਛਾਣ ਹੋਣ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਮੰਗਰੋਂ ਜਿਉਂ ਹੀ ਮੁੱਖ ਮੰਤਰੀ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਦੋ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਢ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਦੇਖ ਕੇ ਪੁਲਿਸ ਨੂੰ ਹੱਥ-ਪੈਰਾਂ ਦੀ ਪੈ ਗਈ। ਪੁਲਿਸ ਨੇ ਇੱਕ ਬੇਰੁਜ਼ਗਾਰ ਅਧਿਆਪਕ ਨੂੰ ਦਬੋਚ ਲਿਆ। ਜਦੋਂ ਉਸ ਨੂੰ ਕਸੀਟ ਕੇ ਪੰਡਾਲ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਖਿੱਚਤ ਉਦੋਂ ਉਸਦੀ ਭੱਗ ਲੱਥ ਗਈ। ਅਧਿਆਪਕ ਪੰਡਾਲ ਦੇ ਵਿੱਚ ਹੀ ਡਿੱਗ ਪਿਆ ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਨਾਅਰੇ ਆਵਾਜ਼ ਦਬਾਉਣ ਦਾ ਯਤਨ ਕਰ ਰਹੀ ਸੀ ਸਰ ਐਸਐਸਟੀ ਹਿੰਦੀ ਪੰਜਾਬੀ ਦੀਆਂ ਬੋਸਟਾਂ ਜੋ 4.5 ਸਾਲ ਤੋਂ ਸਰਕਾਰ ਨੇ ਨਹੀਂ ਕੱਢੀਆਂ ਜੀ ਅਸੀਂ ਉਹਨਾਂ ਨੂੰ ਲੈ ਕੇ ਪ੍ਰੋਟੈਂਟ ਕਰ ਰਹੇ ਹਾਂ 4.5 ਹਜ਼ਾਰ ਰੁਪਏ ਟੈਂਕੀ ਤੇ ਬਣਾਉਣ ਲੱਗਿਆ ਨਾ ਉਹਨਾਂ ਦਾ ਬੰਦ ਕਰ ਲਿਆ ਸਰਕਾਰ ਵੱਲੋਂ ਕੋਈ ਗੱਲ ਨਹੀਂ ਸੁਣੀ ਜਾਂਦੀ ਮਰੀ ਦੀ ਸਫਾਈ ਕਰ 120 ਟੈਂਕੀ ਦੇ ਉੱਪਰ ਆ ਪਰ ਸਰਕਾਰ ਵੱਲੋਂ ਕੋਈ ਨਾਡਿ ਸ਼ੋਰ ਨਹੀਂ ਲਈ ਜਾ ਰਹੀ ਕੋਈ ਨਹੀਂ ਲੱਗੀ ਜਾਂਦੀ ਬਚਪਨ ਚਲੋ ਚਰਚਾਂ ਦੇ ਜਾਨ ਦੀ ਗੱਲ ਹੋਵੇ ਜਿਹੜਾ ਜਿੰਨਾ ਸਭ ਤੋਂ ਵੱਧ ਬੱਚਾ ਨਹੀਂ ਹੋ ਗਿਆ ਤਾਂ ਚਰਚਾਂ ਜਿਹੜਾ ਮਾਰ ਗਿਆ ਸ਼ੋਮਨੀਆ ਕਾਲੀਦਲ ਨੇ ਦੇਸ਼ ਦੇ ਵਿੱਚ ਰਾਜਾਂ ਨੂੰ ਵਿਦੇਰੇ ਸੱਭਿਆਚਾਰਕ ਸਿਆਸੀ ਅਤੇ ਧਾਰਮਿਕ ਖੁਦਮੁਖਤਿਆਰੀ ਦੇ ਕੇ ਅਸਲ ਸੰਗੀਤਾਂ ਦਾ ਸਥਾਪਿਤ ਕੀਤਾ ਜਾਣ ਦਾ ਸੱਦਾ ਦਿੱਤਾ ਹੈ ਪਾਰਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਕਿਸਾਨਾਂ ਦੇ ਲਈ 50000 ਰੁਪਏ ਦੀ ਫਸਲ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ ਅਤੇ ਸਰਕਾਰੀ ਮੁਲਾਜ਼ਮਾਂ ਦੇ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਮੋਗਾ ਦੇ ਵਿੱਚ ਹੋਈ ਰੈਲੀ ਦੇ ਵਿੱਚ ਇਤਿਹਾਸਿਕ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਇਹ ਕਾਲੀਦਲ ਦੇ ਬਸ ਅਗਰ ਚੋੜੋ 1992 ਵਾਲਾ ਇਤਿਹਾਸ ਦੁਹਰਾਏਗਾ ਜਦੋਂ ਉਸ ਵੇਲੇ ਗੱਠਜੋੜ ਨੇ ਸਾਂਝੀ ਯਤਨਾਂ ਦੇ ਨਾਲ ਸੂਬੇ ਦੇ ਵਿੱਚ ਹੁੰਜਾ ਫੇਰ ਜਿੱਤ ਦਰਜ ਕੀਤੀ ਸੀ ਇੱਥੇ ਆਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ ਰੱਖੀ ਰੈਲੀ ਦੇ ਵਿੱਚ ਜੁੜੇ ਮਨੁੱਖਤਾ ਦੇ ਸਮੁੰਦਰ ਦੇ ਵਿੱਚ ਪਾਰਟੀ ਨੇ ਪੰਜਾਬੀਆਂ ਨੂੰ ਪਾਰਦਰਸ਼ੀ ਜਵਾਬਦੇਹ ਤੇ ਸਭ ਨੂੰ ਨਾਲ ਲੈ ਕੇ ਇਸ ਮਾਵੇਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ ਹੈ ਸਰਵਦਾਰ ਬਾਦਲ ਨੇ ਕਿਹਾ ਹੈ ਕਿ ਪੰਜਾਬੀਆਂ ਦੇ ਸਾਹਮਣੇ ਚੋਣ ਸਪਸ਼ਟ ਤੇ ਸੌਖੀ ਹੈ ਇੱਕ ਪਾਸੇ ਪੰਜਾਬੀਆਂ ਦੀ ਪੰਜਾਬੀਆਂ ਦੇ ਲਈ ਅਤੇ ਪੰਜਾਬੀਆਂ ਦੇ ਵੱਲੋਂ ਸਰਕਾਰ ਹੋਵੇਗੀ ਦੂਜੇ ਪਾਸੇ ਸ਼ੇਖੀਆਂ ਮਾਰਨ ਵਾਲੀਆਂ ਘਟਪੁੱਤਲੀਆਂ ਹੋਣਗੀਆਂ ਜੋ ਰਿਮੋਟ ਕੰਟਰੋਲ ਦੇ ਨਾਲ ਚਲਾਈਆਂ ਜਾਂਦੀਆਂ ਨੇ ਬਾਦਲ ਨੇ ਸਿੱਖ ਸੰਗਤ ਨੂੰ ਕੇਂਦਰ ਅਤੇ ਹੋਰ ਗੈਰ ਸਿੱਖ ਤਾਕਤਾਂ ਦੇ ਵੱਲੋਂ ਖਾਲਸਾ ਪੰਥ ਤੋਂ ਸੇਵਾ ਸੰਭਾਲਣ ਦਾ ਪਵਿੱਤਰ ਹੱਕ ਖੋਣ ਦੀ ਯਤਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਨੂੰਨੀ ਤੌਰ ਤੇ ਕੋਮ ਦੇ ਚੁਣੇ ਗਏ ਪ੍ਰਤੀਨਿਧਾਂ ਦੇ ਵੱਲੋਂ ਪਵਿੱਤਰ ਗੁਰਧਾਮਾਂ ਦੀ ਜੋ ਸੇਵਾ ਸੰਭਾਲ ਖਾਲਸਾ ਪੰਥ ਕਰਦਾ ਹੈ ਉਸ ਨੂੰ ਖੋਣ ਦੇ ਯਤਨ ਹਮੇਸ਼ਾ ਕੀਤੇ ਜਾ ਰਹੇ ਨੇ ਅਤੇ ਕੀਤੇ ਜਾਂਦੇ ਰਹੇ ਨੇ ਬਾ ਸਰਕਾਰ ਦੇ ਸਮੇਂ ਪਿੰਨ-ਪਿੰਨ ਵਿੱਚ ਜਾਂਦਾ ਸਾਂ ਸ਼ਹਿਰ-ਸ਼ਹਿਰ ਦੇ ਵਾਰਡਾਂ ਜਾਂਦਾ ਸਾਂ ਤਾਂ ਕਿ ਲੋਕਾਂ ਦੇ ਜੋ ਹਾਲਾਤ ਹਨ ਉਹ ਆਪ ਆਪਣੀ ਅੱਖੀਂ ਵੇਖ ਕੇ ਫੈਸਲੇ ਮੌਕੇ ਤੇ ਕਰ ਸਕੀ ਜਿਸ ਦੇ ਨਤੀਜੇ ਬਹੁਤ ਵਧੀਆ ਨਿਕਲੇ ਔਰ ਲੋਕਾਂ ਨੂੰ ਤਸੱਲੀ ਹੋ ਗਈ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਆਪ ਸਾਡੇ ਕੋਲੇ ਆ ਕੇ ਸਾਡੇ ਭਰੇ ਦੇ ਕੰਮ ਕਰ ਰਹੀ ਹੈ इस करके वीर यह समा बहुत अहम समा है और इस है जहुजन समाज पार्टी त्रोमणी अकाली दल कठे इलेक्शन सीटा लड़ रहे हैं और मैनु ਇਸ ਗੱਟ ਜੋੜ ਦਾ ਪਹਿਲਾ ਵੀ ਤਜਰਬਾ ਹੈ ਕਿ ਜਦੋਂ ਸ਼੍ਰੀ ਕਾਂਸ਼ੀ ਰਾਮ ਜੀ ਉਹ ਬਹੁਜਨ ਸਮਾਜ ਪਾਰਟੀ ਦੇ ਜਨਮਦਾਤਾ ਵੀ ਸਨ ਔਰ ਉਹ ਪੰਜਾਬ ਦੇ ਵੀ ਸਨ ਉਹਨਾਂ ਨਾਲ ਮੋਢੇ ਨਾਲ ਮੋਢਾ ਰਾ ਕੇ ਮੈਨੂੰ ਚੱਲ ਚੱਲਣ ਦਾ ਮੌਕਾ ਮਿਲਿਆ ਤੇ ਜਿਵੇਂ ਮਿਸ਼ਰਾ ਜੀ ਨੇ ਦੱਸਿਆ ਹੈ ਕਿ ਉਹੋ ਜਿੰਨੀਆਂ ਸੀਟਾਂ ਪਾਰਲੀਮੈਂਟ ਦੀਆਂ ਸਨ ਸਾਰੀਆਂ ਹੀ ਆਪਾਂ ਜਿੱਤ ਗਈਆਂ। ਔਰ ਮੈਂ ਇਹ ਕਹਿਣਾ ਚਾਹੁੰਨਾ ਕਿ ਐਡ ਕੀ ਵੀ ਜਿਹੜੇ ਨਤੀਜੇ ਆਉਣਗੇ ਸੰਬਰੀ ਦੇ ਇਹ ਹੈਰਾਨ ਕਰਨਗੇ। ਭਾਜਪਾ ਦੇ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪ੍ਰਦੇਸ਼ ਪ੍ਰੀਸ਼ਦ ਦੇ ਸੰਬੇਲਨ ਕਰਦਿਆਂ ਚੋਣਾਂ ਦਾ ਬੇਗੁਲਵਾਜਾ ਦਿੱਤਾ ਹੈ। ਕੇਂਦਰੀ ਮੰਤਰੀ ਮੰਡਲ ਪੰਜਾਬ ਦੀ ਸਮੁੱਝੀ ਲੀਡਰਸ਼ਿਪ ਜਿਲ੍ਹਾ ਬਲਾਕ ਪ੍ਰਧਾਨ ਭਾਜਪਾ ਦੇ ਨਾਲ ਜੁੜੇ ਲੋਕਾਂ ਦੀ ਨਿਰੋਲ ਇਕਜੁੱਟਤਾ ਦੇ ਵਿੱਚ ਸੱਤਾਧਾਰੀ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲੈਂਦੀਆਂ। ਭਾਜਪਾ ਗਵਰਨੇ ਅعلان ਕੀਤਾ ਹੈ ਕਿ ਪਾਰਟੀ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਲੜੇਗੀ। ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਪਦੇ ਪਲੇਟੇ ਸੰਮੇਲਨ ਦੇ ਵਿੱਚ ਹੈਰਾਨੀਕੁਨ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ਿਕਾਵਤ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਰਾਜਾਂ ਦੇ ਵਡੇਰੇ ਹਿੱਤਾਂ ਦੇ ਲਈ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਹਿੰਦੂ ਸਿੱਖ ਤਾਕਤ ਨੂੰ ਕਮਜ਼ੋਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਆਗਾਮੀ ਚੋਣਾਂ ਦੇ ਵਿੱਚ ਪੰਜਾਬ ਦਾ ਸੂਝਵਾਨ ਵੋਟਰ ਭਾਜਪਾ ਦੀ ਨਿਰੋਲ ਸਰਕਾਰ ਬਣਾ ਕੇ ਅਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਗਾ। ਸਥਾਨਿਕ ਸੈਨ ਮੈਥਿਊ ਸਿਟੀ ਕਾਲਜ ਦੇ ਵਿੱਚ ਇਨਕੋਰਸ ਸੀਨੀਅਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਹਨਾਂ ਖੇਡਾਂ ਦੇ ਵਿੱਚ ਦੁਨੀਆ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚ ਰਹੇ ਨੇ। ਸੋ ਇਹ ਖੇਡਾਂ ਕਾਲਜ ਦੇ ਟਰੈਕ ਐਂਡ ਫੀਲਡ ਖੇਤਰ ਦੇ ਵਿੱਚ ਕਰਵਾਈਆਂ ਗਈਆਂ ਨੇ। ਇਹਨਾਂ ਖੇਡਾਂ ਦੇ ਵਿੱਚ ਐਤਕੀ ਦੋ ਪੰਜਾਬੀ ਸੀਨੀਅਰ ਗੱਬਰੂਆਂ ਨੇ ਵੀ ਹਿੱਸਾ ਲਿਆ ਅਤੇ ਕੁੱਲ 6 ਮੈਡਲ ਆਪਣੇ ਨਾਮ ਕੀਤੇ ਨੇ। ਇਹਨਾਂ ਖਿਡਾਰੀਆਂ ਦੇ ਵਿੱਚੋਂ ਗੁਰਬਖਸ਼ ਸਿੰਘ ਸਿੱਧੂ ਤੇ ਹੈਮਰ ਥਰੋਅ ਦੇ ਵਿੱਚ 골ਡ ਮੈਡਲ, ਸ਼ਾਰਟ ਪੁੱਟ ਤੇ ਵਿੱਚ ਐਂਡ ਡਿਸਕਸ ਥਰੋ ਦੇ ਵਿੱਚ ਕਾਂਸੀ ਦਾ ਧਗਮਾ ਜਿੱਤਿਆ ਇਸ ਤੋਂ ਇਲਾਵਾ ਪਾਮਡੇਲ ਸ਼ੇਰ ਦੇ ਹਰਿੰਦਰ ਸਿੰਘ ਚੀਮਾ ਨੇ ਸ਼ਾਰਟ ਪੁੱਟ ਮੁਕਾਬਲੇ ਦੇ ਵਿੱਚ 골ਡ ਮੈਡਲ ਤੇ ਹੈਮਰ ਥਰੋ ਅਤੇ ਜਾਵਲਨ ਥਰੋ ਦੇ ਵਿੱਚ ਚਾਂਦੀ ਦੇ ਤੱਕ ਮੇ ਹਾਸਲ ਕੀਤੇ ਨੇ ਹਰਿੰਦਰ ਸਿੰਘ ਚੀਮਾ ਮੂਲ ਰੂਪ ਤੇ ਵਿੱਚ ਬਸੀ ਪਟਾਣਾ ਦੇ ਰਹਿਣ ਵਾਲੇ ਨੇ ਅਤੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਬੀਏ ਅਤੇ ਸਟਰੀ ਸਿੱਖਿਆ ਦੀਆਂ ਡਿਗਰੀਆਂ ਪੂਰੀਆਂ ਕੀਤੀਆਂ ਨੇ ਇਸ ਸਾਲ ਦੀਆਂ ਆਖਰੀ ਖੇਡਾਂ ਸਨ ਸੈਨ ਫ੍ਰਾਂਸਿਸਕੋ ਬੇਅਰੀਆ ਦੇ ਵਿੱਚ ਬਰਸਾਤ ਦਾ ਦਿਨ ਸੀ ਫਿਰ ਵੀ 200 ਪਲੱਸ ਪੁਰਸ਼ ਅਤੇ ਔਰਤ ਐਥਲੀਟਾਂ ਨੇ ਖੇਡਾਂ ਦੇ ਵਿੱਚ ਹਿੱਸਾ ਲਿਆਏ ਵਾਸ਼ਿੰਗਟਨ ਅਮਰੀਕੀ ਹਵਾਈ ਫੌਜ ਨੇ ਕਰੋਨਾ ਵੈਕਸੀਨ ਲੈਣ ਤੋਂ ਇਨਕਾਰ ਕਰਨ ਵਾਲੇ 27 ਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦੇ ਦਫ਼ਤਰ ਪੈਂਟਾਗਨ ਨੇ 10 ਅਗਸਤ ਦੇ ਵਿੱਚ ਹੀ ਵੈਕਸੀਨ ਨੂੰ ਸਾਰਿਆਂ ਦੇ ਲਈ ਲਾਜ਼ਮੀ ਕਰ ਦਿੱਤਾ ਸੀ ਇਸ ਤੋਂ ਬਾਅਦ ਜ਼ਿਆਦਾਤਰ ਜਵਾਨਾਂ ਨੇ ਘੱਟੋ ਘੱਟ ਵੈਕਸੀਨ ਦੀ ਇੱਕ ਡੋਜ਼ ਲਗਵਾ ਲਈ ਹੈ ਸੋ ਹਵਾਈ ਫੌਜ ਦੀ ਬੁਲਾਰਾ ਐਨ ਸਟੀਫਨਿਕ ਨੇ ਕਿਹਾ ਹੈ ਕਿ ਇਹਨਾਂ ਜਵਾਨਾਂ ਨੂੰ ਇੱਕ ਮੌਕਾ ਵੀ ਦਿੱਤਾ ਗਿਆ ਸੀ ਕਿ ਉਹ ਵੈਕਸੀਨ ਲੈਣ ਤੋਂ ਇਨਕਾਰ ਕਰਨ ਦੀ ਵਜ੍ਹਾ ਦੱਸ ਦੇਣ ਲਗਭਗ 95% ਦੀ ਹਵਾਈ ਫੌਜ ਦੇ ਜਵਾਨਾਂ ਨੂੰ ਕਰੋਨਾ ਵੈਕਸੀਨ ਤੋ ਬਚਾ ਦੇ ਲਈ ਵੈਕਸੀਨ ਲਗਵਾਈ ਜਾ ਚੁੱਕੀ ਹੈ ਦੱਸ ਦੇ ਕਿ ਅਮਰੀਕੀ ਹਵਾਈ ਅਤੇ ਜ਼ਮੀਨੀ ਫੌਜ ਦੇ ਵਿੱਚ ਲਗਭਗ 326000 ਸਰਗਰਮ ਜਵਾਨ ਨੇ ਉੱਥੇ ਹੀ ਹੁਣ ਵੱਖ-ਵੱਖ ਬਲਾਂ ਦੇ ਵਿੱਚ ਤਾਇਨਾਤ 79 ਅਮਰੀਕੀ ਸੈਨਿਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਕੈਲੀਫੋਰਨੀਆ ਹਲਥ ਐਂਡ ਹਿਊਮਨ ਸਰਵਿਸਿਜ਼ ਨੇ ਐਲਾਨ ਕੀਤਾ ਹੈ ਕਿ ਥੈਂਕਸਗਿਵਿੰਗ ਤੋਂ ਬਾਅਦ ਕੋਵਿ-19 ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਸ ਦੀ ਰੋਕਥਾਮ ਦੇ ਲਈ ਅੰਦਰੂਨੀ ਥਾਵਾਂ ਤੇ ਮਾਸਕ ਪਹਿਨਣ ਦੇ ਹੁਕਮ ਜਾਰੀ ਕੀਤੇ ਗਏ ਨੇ ਜੋ ਕਿ ਅੱਜ ਤੋਂ ਲਾਗੂ ਹੋਣਗੇ ਵਿਭਾਗ ਦੇ ਨੁਮਾਇੰਦਿਆਂ ਨੇ ਦੱਸਿਆ ਹੈ ਕਿ ਇਹ ਹੁਕਮ 1 ਮਹੀਨੇ ਦੇ ਲਈ ਭਾਵ 15 ਜਨਵਰੀ ਤੱਕ ਲਾਗੂ ਕੀਤੇ ਗਏ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਸੂਬੇ ਦੇ ਵਿੱਚ ਪਹਿਲੇ ਓਮਿਕਰੋਨ ਦੇ ਕੇਸ ਦੀ ਪੁਸ਼ਟੀ ਵੀ ਕੀਤੀ ਹੈ ਜਿਸ ਕਾਰਨ ਹਾਲਾਤ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਕੁਝ ਕਾਉਂਟੀਆਂ ਵਿਚ ਸਾਨ ਫਰਾਂਸਿਸਕੋ ਸਾਨ ਮਾਟਿਓ ਸੰਤ ਕਲਾਰਾ ਅਲਮੇਡਾ ਕੌਂਟਰਾ ਕੋਸਟਾ ਸੋਨੋਮਾ ਅਤੇ ਬੇ ਇਰੀਆ ਦੇ ਵਿੱਚ ਨਾਪਾ ਅਤੇ ਨਾਲ ਹੀ ਲਾਸ ਐਂਜਲਸ ਕਾਉਂਟੀਆਂ ਵੀ ਇੰਡੋਰ ਮਾਸਕ ਦੇ ਹੁਕਮ ਲਾਗੂ ਕਰ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਦਾਇਦਾਦ ਅਤੇ ਵਿੱਤੀ ਮਾਮਲਿਆਂ ਦੇ ਵਿੱਚ ਆਉਂਦੀਆਂ ਔਕੜਾਂ ਸਮੇਤ ਹੋਰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਪ੍ਰਵਾਸੀ ਪੰਜਾਬੀਆਂ ਦੀ ਨਵੀਂ ਪੀੜੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਜੋੜਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਭਵਿੱਖੀ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਹ ਖੁਲਾਸਾ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪ੍ਰਗਟ ਸਿੰਘ ਨੇ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਇਸ ਮੌਕੇ ਤੇ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸੋਹੋਤਾ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਸੀ ਅਸ਼ਮੀ ਕੁਮਾਰ ਤੇ ਗੁਰਪਾਲ ਸਿੰਘ ਹਾਜ਼ਰ ਸਨ ਸਰਦਾਰ ਪ੍ਰਗਟ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਸੁਰੱਖਿਆ ਖਾਸ ਕਰਕੇ ਜ਼ਾਇਦਾਦਾਂ ਆਦ ਨੂੰ ਸੁਰੱਖਿਅਤ ਤੇ ਯਕੀਨੀ ਬਣਾਉਣਾ ਤੇ ਸੂਬਾ ਸਰਕਾਰ ਦੇ ਵੱਲੋਂ ਸਮਰਥਨ ਪ੍ਰਦਾਨ ਕਰਕੇ ਸੂਬੇ ਦੇ ਵਿੱਚ ਰਹਿੰਦੇ ਹੋਏ ਕਾਰ ਵਾਂਗ ਹੀ ਮਹਿਸੂਸ ਕਰਵਾਉਣਾ ਬਣਦਾ ਏ ਇਸੇ ਦੇ ਲਈ ਵਿੱਤੀ ਅਤੇ ਵਪਾਰਕ ਗਤੀਵਿਧੀਆਂ ਦੇ ਨਾਲ ਵੱਖਰੇ ਵਿੰਗ ਦੀ ਸਥਾਪਨਾ ਕੀਤੀ ਜਾਏਗੀ ਜਿਸ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਸਾਰੇ ਵਪਾਰਕ ਅਤੇ ਵਿੱਤੀ ਸੰਬੰਧੀ ਮੁੱਦਿਆਂ ਨੂੰ ਸਿੰਗਲ ਵਿੰਡੋ ਰਾਹੀਂ ਹੱਲ ਕੀਤਾ ਜਾਏਗਾ ਇਸੇ ਤਰ੍ਹਾਂ ਪ੍ਰਵਾਸੀਆਂ ਦੇ ਮਾਲ ਵਿਭਾਗ ਦੇ ਨਾਲ ਜਾਇਦਾਦਾਂ ਦੇ ਕੰਮ ਦੇ ਵਿੱਚ ਸਿੰਗਲ ਵਿੰਡੋ ਸਹੂਲਤ ਪ੍ਰਦਾਨ ਕਰਕੇ ਪੰਜਾਬ ਦੇ ਵਿੱਚ ਕਾਰੋਬਾਰ ਸਥਾਪਿਤ ਕਰਨ ਦੇ ਵਿੱਚ ਮਦਦ ਕੀਤੀ ਜਾਏਗੀ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਕਮਸਤਕ ਹੁਣ ਪਹੁੰਚੇ ਨੇ ਅਤੇ ਨਕਮਸਤਕ ਹੁਣ ਤੋਂ ਬਾਅਦ ਉਹਨਾਂ ਨੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਰਸਿਮਰਤ ਕੌਰ ਬਾਦਲ ਨੇ ਚੰਨੀ ਸਰਕਾਰ ਨੂੰ ਨਿਸ਼ਾਨੇ ਤੇ ਲਿਆਏ ਅਤੇ ਸੁਭਿਆ ਸਰਕਾਰ ਤੇ ਵਰਦੇ ਉਹਨਾਂ ਨੇ ਕਿਹਾ ਕਿ ਚੰਨੀ ਸਰਕਾਰ ਸਿਰਫ ਐਲਾਨ ਹੀ ਕਰ ਰਹੀ ਹੈ ਜ਼ਮੀਨੀ ਹਕੀਕਤ ਕੁਝ ਵੀ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਆ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇ ਜੀਵਾਲ ਜਦੋਂ ਵੀ ਇਲੈਕਸ਼ਨ ਹੁੰਦਾ ਹੈ ਉਦੋਂ ਹੀ ਉਸ ਸੂਬੇ ਦੇ ਵਿੱਚ ਚਲੇ ਜਾਂਦੇ ਨੇ ਅਤੇ ਉੱਥੇ ਜਾ ਕੇ ਵੱਡੇ-ਵੱਡੇ ਐਲਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਦੂਸਰੇ ਸੂਬਿਆਂ ਦੇ ਵਿੱਚ ਅਰਵਿੰਦ ਕੇ ਜੀਵਾਲ ਨੂੰ ਗਰੰਟੀਆਂ ਦੇਂਦਾ ਐਨਾ ਹੀ ਚਾਹ ਹੈ ਤਾਂ ਪਹਿਲਾਂ ਇਹ ਗਰੰਟੀਆਂ ਆਪਣੇ ਦਿੱਲੀ ਦੇ ਵਿੱਚ ਪੂਰੀਆਂ ਕਰਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੱਤ ਵਿਧਾਇਕ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਬੀਟੀਮ ਹੈ एजन आज दिन खास खबरें देश विदेश दबर देखने वास्ते धनबाद केजरीवाल जहाँ पे इलेक्शन होते हैं वहाँ पे पहुँच जाते हैं लंबी में जाएँ पंजाब के कोने कोने दो हज़ार सतारह में भी यही क्या किया था पूरे पंजाब में घूम के बहुत बड़े बड़े झूठ और बड़े बड़े वादे किए थे लोगों ने उनकी सरकार में की इतनी ताकत दी कि ऑपोजिशन बने पंजाब पे लेकिन पाँच साल ना केजरीवाल नज़र आया और ना ही उनके कोई विधायक बल्कि हाल ये हुआ कि कांग्रेस की बी टीम बन के साबित हुआ जब ग्यारह आदमी अब कांग्रेस में ही तकरीबन शामिल है सो so, अब फिर दोबारा आए हैं फिर झूठ बोले जहाँ इलेक्शन होते हैं वहाँ केजरीवाल पहुँच जाते और इलेक्शनों के बाद मुड़ के नजर नहीं आते आज यही कहूँगी कि जो झूठे लारे पंजाब में जो मुंगेरी लाल के सपने यहाँ के लोगों को दिखा रहे हैं जे इनमें कुछ भी शर्म होती तो पहले अपने दिल्ली में लागू करते तब दिल्ली मॉडल की बात करते लेकिन यहाँ लोगों को गुमराह करने आए